चल कर वोटा ही अपने पिंड 282 निकलियां एक ही गल सुना की गई गए भाई चाचा ये लोक इस बार पंजाब इलेक्शन च अजिहा फैसला आया जिसकी शायद किसी ने उम्मीद भी नहीं सी कीती। लोग चाहे किसी भी पार्टी नाल सी वोटां आप नूं ही पईआं ते इहदा सिहरा बने भगवंत मान, पर कुछ उम्मीदवारां नूं इह उम्मीद नहीं सी कि खरीदियां वोटां जां उहनां दे अनुमान वालियां वोटां उहनां नूं नहीं मिलणगियां। एक उम्मीदवार की इलेक्शन हार तों बाद अपने चाचे कोल अफसोस करदे दी आडियो कॉल वायरल हो गई है। ਇਹ ਕਾਲ ਸੁਣ ਕੇ ਲੋਕ ਹੱਸ ਵੀ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਇਹਦੇ ਨਾਲ ਤਾਂ ਨੀਟੂ ਸ਼ਟਰਾਂ ਵਾਲੀ ਹੋ ਗਈ। ਨਹੀਂ ਚਾਚਾ ਸੁਖਪਾਲ ਮੇਰੀ ਗੱਲ ਸੁਣ ਚਾਚਾ, ਜਿੱਥੇ ਆਪਾਂ ਯਾਰ ਨਾਲ ਖੜ ਗਏ ਸੀ ਹਨਾ, ਯਾਰ ਖੜ ਗਏ ਸੀਗੇ ਹਨਾ, ਫੇਰ ਕੀ ਹੋ ਗਿਆ? ਖੜੇ ਨੇ ਖੜੇ ਆਪਾਂ ਮਾੜਾ ਕਰਿਆ, ਨੁਕਸਾਨ ਕਰਿਆ? ਨੁਕਸਾਨ ਤਾਂ ਚਾਚਾ ਨਹੀਂ ਕਰਿਆ ਆਪਾਂ ਕੋਈ, ਯਾਰ ਚਾਚਾ ਬਾਈ ਦਾ ਯਾਰ ਦੇਖੀ ਦਿਲੋਂ ਖੜ ਗਏ ਸੀ ਹਨਾ। ਚੱਲ ਕਰ ਵੋਟਾਂ ਹੀ ਆਪਣੇ ਪਿੰਡ 282 ਨਿਕਲੀਆਂ, ਇਹ ਕੀ ਗੱਲ ਸੁਣਾ? ਕੀ ਕਹੀ ਗਏ ਭਾਈ ਚਾਚਾ ਯਾਰ ਲੋਕਾਂ ਦਾ ਭਾਈ ਜੋ ਯਾਰ ਮਿਹਨਤ ਦੇਖੀ ਮੈਂ ਕਿੰਨੀ ਕਰੀ ਚਾਚਾ ਤੇਰੇ ਸਾਹਮਣੇ ਹਨਾ, ਮਿਹਨਤ ਤਾਂ ਕਰੀ ਪਰ ਵੋਟਾਂ ਹੀ 282 ਨਿਕਲੀਆਂ, ਫਿਰ ਇਹ ਕੀ ਹੋ ਭਾਈ ਜੋ ਦਾ ਹੁਣ ਕਿਹਨੂੰ ਕਹੀ ਗਏ ਯਾਰ? ਮੈਂ ਉਹਦਾ ਆਪ ਹੀ ਗੱਲ ਕਰਦਾ ਭੈਣ ਜੋ, 600 ਵੋਟ ਮੁੱਲ ਲਈ ਹੈ ਆਪ ਤੋਂ, ਆਪਾਂ 650 ਲਾਉਂਦੇ ਸੀ ਵੀ ਚੱਲ 300 ਮੁੱਲ ਪਏ, 50 ਦੂਜੀਆਂ ਪੈ ਗਈਆਂ, ਭੈਣ ਜੋ ਵੋਟਾਂ ਕੁੱਕ ਨੀ ਨਿਕਲੀਆਂ ਪੈਸੇ ਲੈ ਕੇ ਭੈਣ ਚੋਦੋ ਉਸਤਾ ਪਾਓ। ਉਹ ਤਾਂ ਪੈਸਿਆਂ ਨੂੰ ਤਾਂ ਆਪਾਂ 600 ਵੋਟ ਮੁੱਲ ਲਈ ਸੀ ਚਾਚਾ, ਪੈਸਿਆਂ ਨੂੰ ਤਾਂ ਆਪਾਂ ਕਹਿੰਦੇ ਨੀ ਯਾਰ, ਪੈਸੇ ਵਾਲੇ ਨੂੰ ਤਾਂ ਪਤਾ ਉਹ ਤਾਂ ਪੈਸੇ ਲੈਣੇ ਉਹਨਾਂ ਤੇ ਯਾਰ ਚਾਚਾ, ਜਿਹੜੇ ਵੋਟ ਝੰਡੇ ਹੇਠ ਸੀ ਯਾਰ ਚਾਚਾ, ਜਿਹੜੀ ਵੋਟ ਚਾਚਾ ਝੰਡੇ ਹੇਠ ਸੀਗੀ ਯਾਰ, ਜਿਹਦੇ ਮੈਂ ਸਲੀਨ ਦੇ ਝੰਡੇ ਲਾਏ ਸੀ ਭੈਣ ਚੋਦੋ, ਉਹ ਤਾਂ ਵੋਟ ਪਾਉਂਦੇ ਯਾਰ, ਇਹ ਤਾਂ ਗੱਲ ਮੰਨਦਾ ਚਾਚਾ। ਹੈਲੋ, ਆਡੀਓ ਕਿਸ ਉਮੀਦਵਾਰ ਦੀ ਹੈ ਇਹ ਹਲੇ ਪਤਾ ਨਹੀਂ ਲੱਗ ਸਕਿਆ, ਪਰ ਹਾਰ ਤੋਂ ਬਾਅਦ ਦੁੱਖ ਤਾਂ ਹੁੰਦਾ ਹੀ ਹੈ। ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਮੰਤਵ ਨਹੀਂ ਹੈ ਅਤੇ ਤੁਹਾਨੂੰ ਐਂਟਰਟੇਨ ਕਰਨਾ ਅਤੇ ਅਵੇਅਰ ਕਰਨਾ ਕਿ ਪੈਸੇ ਦੇ ਕੇ ਵੋਟਾਂ ਦੀ ਪ੍ਰਥਾ ਬੰਦ ਹੋਵੇ ਤਾਂ ਜੋ ਸਹੀ ਉਮੀਦਵਾਰ ਚੋਣ ਜਿੱਤ ਕੇ ਅੱਗੇ ਆ ਸਕਣ। ਤੁਹਾਡਾ ਇਸ ਸਭ ਬਾਰੇ ਕੀ ਕਹਿਣਾ ਕਮੈਂਟ ਬਾਕਸ ਵਿੱਚ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।